ਹਾਂਜੀ ਸਤਿ ਸ਼੍ਰੀ ਅਕਾਲ ਸਟਾਰਟ ਕਰਦੇ ਹਾਂ ਰੈਡੀ ਸਟਾਰਟ ਦੇਸ਼ ਦੀਆਂ ਪਟੀਆਂ ਪਾਰਟੀਆਂ ਅਗਲੇ ਸਾਲ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ ਡੰਡੀ ਪਾਰਟੀਆਂ ਦੀ ਅੰਦਰ ਤੇ ਬਾਹਰ ਚਿੰਤਨ ਮੰਥਨ ਤੇ ਸਰਗਰਮੀਆਂ ਜਿਸ ਤੇਜ਼ੀ ਤੇ ਮਾਰੋਮਾਰ ਨਾਲ ਜਾਰੀ ਹਨ ਉਸ ਤੋਂ ਅਜੀਹਾ ਹੀ ਲੱਗਦਾ ਹੈ ਜਿਵੇਂ ਸਿਆਸਤ ਦਾ ਇੱਕੋ ਇੱਕ ਅਰਥ ਤੇ ਮਕਸਦ ਸਿਰਫ ਚੋਣਾ ਜਿੱਤਣਾ ਹੈ ਡੈਂਡੀ ਕਾਂਗਰਸ ਵਿੱਚ ਪਾਰਟੀ ਅੰਦਰਲੀ ਧੜੀ ਇੱਕ ਦੂਜੇ ਨੂੰ ਪਿਛਾਂ ਸੁੱਟਣ ਦੀ ਲੜਾਈ ਲੜ ਰਹੀ ਹਨ ਡਾਂਡੀ ਪੰਜਾਬ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਵਿਰੋਧੀ ਧੜਾ ਸਰਗਰਮ ਹੋਣ ਕਾਰਨ ਮਸਲੇ ਨੂੰ ਨਵੇੜਨ ਲਈ ਹਾਈ ਕਮਾਂਡ ਵੱਲੋਂ ਕਮੇਟੀ ਬਣਾਈ ਗਈ ਹੈ ਡਾਂਡੀ ਪੰਜਾਬ ਦਾ ਰੰਗ ਰਾਜਸਥਾਨ ਦੀ ਕਾਂਗਰਸ ਨੂੰ ਚੜਦਾ ਨਜ਼ਰ ਆ ਰਿਹਾ ਹੈ ਡਾਂਡੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਿਤਾਂ ਦਾ ਪੱਤਾ ਵਰਤਿਆ ਜਾ ਰਿਹਾ ਹੈ ਡਾਂਡੀ ਦੂਜੇ ਪਾਸੇ ਭਾਜਪਾ ਬੰਗਾਲ ਵਿੱਚ ਹੋਈ ਹਾਰ ਪਿਛਲੇ ਕਾਰਨਾ ਨੂੰ ਨਾ ਧਹਰੋਂ ਲਈ ਸਾਰਾ ਤਾਣ ਲਾ ਰਹੀ ਹੈ ਡੈਂਡੀ ਭਾਜਪਾ ਉੱਤਰ ਪ੍ਰਦੇਸ਼ ਆਪਣੀ ਹੱਥ ਰੱਖਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਪਰ ਇਸ ਸਮੁੱਚੇ ਮਾਹੌਲ ਵਿੱਚ ਮੁੱਦੇ ਅਲੋਪ ਹੁੰਦੇ ਨਜ਼ਰ ਆ ਰਹੇ ਹਨ ਡੰਡੀ ਲਾਕਡਾਊਨ ਤੇ ਹੋਰ ਕਾਰਨਾ ਕਰਕੀ ਵਧ ਰਹੀ ਬੇਰੁਜ਼ਗਾਰੀ ਕਿਸੇ ਨੂੰ ਯਾਦ ਨਹੀਂ ਡੈਂਡੀ ਕਾਰੋਬਾਰਾਂ ਨੂੰ ਭਾਰੀ ਸੱਟ ਵੱਜੀ ਅਪਰਾਧਾਂ ਵਿੱਚ ਵਾਦਾ ਹੋ ਰਿਹਾ ਹੈ ਡੈਂਡੀ ਚਪਟਮਾਰ ਵਰਗੇ ਜਿਹੜੇ ਅਪਰਾਧ ਕਦੀ ਦਿੱਲੀ ਤੇ ਹੋਰ ਮਹਾਨਗਰਾਂ ਤੱਕ ਸੀਮਤ ਸਨ ਉਹ ਹੁਣ ਛੋਟੇ ਸ਼ਹਿਰਾਂ ਕਸਬਿਆਂ ਤੋਂ ਲੈ ਕੇ ਪਿੰਡਾਂ ਤੱਕ ਪਹੁੰਚ ਗਏ ਹਨ ਡਾਂਡੀ ਲੋਕਾਂ ਗਲੀ-ਬਜ਼ਾਰਾਂ ਵਿੱਚ ਸੁਰੱਖਿਆਤ ਨਹੀਂ ਡਾਂਡੀ ਬੈਂਕ ਡਕੈਤੀਆਂ ਤੇ ਲਗਾਤਾਰ ਵੱਧ ਰਹੀਆਂ ਹਨ ਡਾਂਡੀ ਸਿਆਸੀ ਹਿੰਸਾ ਨੂੰ ਛੱਡ ਕੇ ਆਮ ਲੋਕਾਂ ਨਾਲ ਲੁੱਟਮਾਰ ਕੋਟਮਾਰ ਦੀਆਂ ਕਟਨਾਵਾਂ ਤੇ ਕਿਦਰੇ ਕੋਈ ਚਰਚਾ ਨਹੀਂ ਹੁੰਦੀ ਡੈਂਡੀ ਲਗਭਗ ਹਰ ਸ਼ਹਿਰ ਵਿੱਚ ਰੋਜ਼ਾਨਾ ਚੋਰੀਆਂ ਹੁੰਦੀਆਂ ਹਨ ਚੋਰੀਆਂ ਦੇ ਲੱਖਾਂ ਮਾਮਲੇ ਅਣਸੁਲਝੇ ਪਏ ਰਹਿੰਦੇ ਹਨ ਡੈਂਡੀ ਸਿਆਸੀ ਆਗੂਆਂ ਨਾਲ ੱਟਕਾ ਹੁੰਦਾ ਹੈ ਤਾਂ ਪਾਰਟੀ ਧਰਨਾ ਲਾਉਂਦੀ ਹੈ ਤੇ ਪ੍ਰਸ਼ਾਸਨ ਪੁਲਿਸ ਸੁਣਵਾਈ ਕਰਨ ਲਈ ਮਜਬੂਰ ਹੁੰਦੀ ਹੈ ਡੈਂਡੀ ਆਮ ਆਦਮੀ ਸਿਆਸੀ ਨਾ ਹੋਣ ਕਰਕੇ ਆਪਣੀ ਸੁਣਵਾਈ ਨਹੀਂ ਕਰਵਾ ਸਕਦਾ ਡੈਂਡੀ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਸਿਆਸੀ ਆਗੂਆਂ ਦੇ ਫੋਨ ਪਹਿਲੀ ਸ਼ਰਤ ਬਣੀ ਹੋਏ ਹਨ ਡਾਂਡੀ ਇਹ ਸਾਰੇ ਮਸਲੀ ਚੂਣਾ ਦੀਆਂ ਤਿਆਰੀਆਂ ਚੋਂ ਗਾਇਬ ਹਨ ਡਾਂਡੀ ਚੂਣ ਮਨੋਰਥ ਪੱਤਰ ਵੀ ਜ਼ਰੂਰ ਆਉਣਗੇ ਪਰ ਐਨ ਚੂਣਾ ਦੇ ਨੇੜੇ ਆ ਕੇ ਇੱਕ ਮਜਬੂਰੀ ਜਹੀ ਵਾਂਗ ਕਿਉਂਕਿ ਜਿੱਤਣ ਦੀ ਤਿਆਰੀ ਚੂਣ ਮਨੋਰਥ ਪੱਤਰ ਤੋਂ ਕੀਤੇ ਜਿਆਦਾ ਵੱਡੀ ਬਣ ਗਈ ਹੈ ਡੈਂਡੀ ਸਿਆਸੀ ਆਗੂ ਚੋਣਾਂ ਨੂੰ ਹੀ ਰਾਜਨੀਤੀ ਸਮਝਣ ਦੀ ਬਜਾਏ ਲੋਕਾਂ ਦੇ ਦੁੱਖ ਦਰਦ ਨੂੰ ਰਾਜ ਦੀ ਨੀਤੀ ਦਾ ਹਿਸਾਬ ਬਣਾਉਣ ਡੈਂਡੀ ਸਟਾਪ